ਜਿਹੜੇ 22 ਸਾਲਾਂ ਦੀ ਗੱਲ ਕੀਤੀ ਜਾਵੇ ਤਾਂ ਤਕਰੀਬਨ ਜਿਹੜੇ ਨੇ ਉਹ ਲਗਾਤਾਰ ਤਿੰਨ ਵਾਰ ਜਿਹੜਾ ਫਿਰ ਬਦਲ ਹੋ ਚੁੱਕਿਆ ਜਾਣ ਕਿ ਤਿੰਨ ਵਾਰ ਜਿਹੜੇ ਨੇ ਉਹ ਮੰਤਰੀ ਬਦਲ ਚੁੱਕੇ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਮੇਤ 15 ਮੰਤਰੀ ਸੀ ਜੀ ਇੱਕ ਮੁੱਖ ਮੰਤਰੀ 14 ਟੋਟਲ 15 ਜਿਦੇ ਚੋਂ ਚਾਰ ਮੰਤਰੀਆਂ ਨੇ ਕੱਲ ਜਿਹੜੀ ਆਪਣਾ ਅਸਤੀਫਾ ਦਿੱਤਾ ਪੰਜਾਬ ਦੇ ਵਿੱਚ ਵੀ ਇਸ ਵਾਰ ਜੇ ਆਪਾਂ ਜਿਵੇਂ ਪਹਿਲਾਂ ਕੀਤਾ ਕਿ ਸ਼ੁਰੂ ਵਾਲੇ ਲਈਏ ਤਾਂ 5 ਬਣਦੇ ਆ। ਨੇ ਚੌਥੀ ਵਾਰ ਜਿਹੜੀ ਰਿਸ਼ਫਲਿੰਗ ਹੋਈ ਹੈ। ਨੇ ਕੁਝ ਐਮਐਲਏ ਨੇ ਜੋ ਆਪਾਂ ਨਾਮ ਨਹੀਂ ਲਵਾਂਗੇ ਜਿਹੜੇ ਪੰਜ ਅੱਜ ਐਮਐਲਏ ਮੰਤਰੀ ਬਣੇ ਨੇ ਇੱਕ ਦੋ ਐਮਐਲਏ ਚ ਇਹੋ ਜਿਹੇ ਸੀਗੇ ਜਿਹੜੇ ਮੰਤਰੀਆਂ ਤੋਂ ਟਾਈਮ ਲੈ ਰਹੇ ਸੀ। ਸਸਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਅੱਜ ਗੱਲ ਕਰਾਂਗੇ ਪੰਜਾਬ ਦੇ ਵਿੱਚ ਪੰਜ ਜਿਹੜੇ ਨਵੇਂ ਮੰਤਰੀ ਲਗਾਏ ਗਏ ਨੇ ਜਿਨ੍ਹਾਂ ਦੀ ਜਿਹੜੀ ਅੱਜ ਆ ਉਹ ਸੋਚ ਚੁੱਕੀ ਹੈ ਪਿਛਲੇ 2.5 ਸਾਲਾਂ ਦੀ ਗੱਲ ਕੀਤੀ ਜਾਵੇ ਤਾਂ ਤਕਰੀਬਨ ਜਿਹੜੇ ਨੇ ਉਹ ਲਗਾਤਾਰ ਤਿੰਨ ਵਾਰ ਜਿਹੜਾ ਫੇਰ ਬਦਲ ਹੋ ਚੁੱਕੇ ਹਨ ਜਨਕਿ ਤਿੰਨ ਵਾਰ ਜਿਹੜੇ ਨੇ ਉਹ ਮੰਤਰੀ ਬਦਲ ਚੁੱਕੇ ਨੇ ਇਹਦਾ ਕਾਰਨ ਕੀ ਆ ਜਿਹੜੇ ਨਵੇਂ ਮੰਤਰੀਆਂ ਨੇ ਸੌਂ ਚੁੱਕੀ ਆ ਉਹਨਾਂ ਦਾ ਪਛੋਕੜ ਕੀ ਆ ਵੀ ਨਵੇਂ ਮੰਤਰੀ ਲਗਾਉਣ ਦਾ ਕਾਰਨ ਕੀ ਆ ਇਸ ਤੇ ਅਸੀਂ ਪੂਰੀ ਜਿਹੜੀ ਜਾਣਕਾਰੀ ਆ ਉਹ ਸਾਂਝੀ ਕਰਾਂਗੇ ਇਹ ਜਾਣਕਾਰੀ ਦੇਣ ਦੇ ਲਈ ਮੇਰੇ ਸਹਿਯੋਗੀ ਗੁਰਮੁਖ ਸਿੰਘ ਰਪਾਣਾ ਜੀ ਮੌਜੂਦ ਨੇ ਰਪਾਣਾ ਸੱਚੀ ਕਾਲ ਜੀ ਸੱਚੀ ਕਾਲ ਜੀ ਰਪਾਣਾ ਜੀ ਕਹਿੰਦਾ 2.5 ਸਾਲਾਂ ਬਾਅਦ ਜਿਹੜਾ ਦੁਬਾਰਾ ਫਿਰ ਅੱਜ ਨਵੀਂ ਕੈਬਨ ਦਾ ਵਿਸਤਾਰ ਹੋਇਆ ਜਨਕਿ ਕੁਝ ਨਵੇਂ ਮੰਤਰੀ ਲਗਾਏ ਨੇ ਕੀ ਸਮਝੋ ਕਿ ਪਿਛਲੀ ਸਰਕਾਰਾਂ ਦੀ ਗੱਲ ਕੀਤੀ ਜਾਵੇ ਕਦੇ ਪਹਿਲਾਂ ਹੋਇਆ ਜੀ ਇਦਾਂ ਵੀ 2.5 ਸਾਲਾਂ ਦੇ ਵਿੱਚ ਜਿਹੜਾ ਮੰਤਰੀ ਚੇਂਜ ਕੀਤੇ ਜਾਣ ਫੇਰ ਲਗਾਏ ਜਾਣ ਕਿ ਇਦਾਂ ਇਸ ਤੋਂ ਪਹਿਲਾਂ ਦੱਸੋ ਵੀ ਇਹ ਕਾਰਨ ਕਿਉਂ ਸੀ ਦੇਖੋ ਅਮਰਜੀਤ ਗੱਲ ਹੈ ਅੱਜ ਪੰਜਾਬ ਦੇ ਵਿੱਚ ਰੀਸ਼ਫਲਿੰਗ ਜਿਹੜੀ ਪੰਜਾਬ ਕੈਬਨਿਟ 'ਚ ਹੋਈ ਹੈ ਕਾਫੀ ਵਾਰ ਆਪਾਂ ਵੀ ਇਸ ਤੇ ਗੱਲਬਾਤ ਕਰ ਚੁੱਕੇ ਆ ਕਿ ਪੰਜਾਬ ਦੇ ਵਿੱਚ ਕੈਬਨਿਟ ਰੀਸ਼ਫਲ ਜਿਹੜੀ ਹੋ ਰਹੀ ਹੈ ਹੂੰ ਤੇ ਵਾਰ-ਵਾਰ ਜਿਹੜੀਆਂ ਚਰਚਾਾਂ ਹੁੰਦੀਆਂ ਰਹੀਆਂ ਪਰ ਆਖਿਰ ਅੱਜ ਚੌਥੀ ਵਾਰ ਹੂੰ ਤਿੰਨ ਵਾਰ ਇਸ ਤੋਂ ਪਹਿਲਾਂ ਤੇ ਅੱਜ ਚੌਥੀ ਵਾਰ ਪੰਜਾਬ ਕੈਬਨਟ ਦੇ ਵਿੱਚ ਜਿਹੜੀ ਰੀਸ਼ੈਫਲਿੰਗ ਹੈ ਉਹ ਹੋਈ ਹੈ ਹਮ ਔਰ ਇੱਕ ਹੋਰ ਵੀ ਹੈ ਜੇ ਆਪਾਂ ਸਰਕਾਰ ਬਣਨ ਦਾ ਦੇਣਾ ਵਿੱਚ ਲਾਈਏ ਜਦੋਂ ਸਰਕਾਰ ਬਣੀ ਸੀ ਜੀ ਅਗਰ ਉਹ ਦਿਨ ਵੀ ਆਪਾਂ ਲਾ ਲਈਏ ਕਿ ਉਦੋਂ ਕਿੰਨੇ ਮੰਤਰੀ ਨੇ ਸੌ ਚੁੱਕੀ ਸੀ ਮੁੱਖ ਮੰਤਰੀ ਪੰਜਾਬ ਦੇ ਸਮੇਤ ਹਮ ਤਾਂ ਫੇਰ ਪੰਜਵੀਂ ਵਾਰ ਦੀ ਹੈ ਯਾਨੀ ਅੱਜ ਅੱਜ ਦੀ ਮਿਲਾ ਬਿਲਕੁਲ ਫੇਰ ਇੱਕ ਉਹ ਸੀਐਮ ਦੇ ਸੌ ਚੁੱਕਣ ਤੋਂ ਲੈ ਕੇ ਅੱਜ ਤੱਕ ਫੇਰ ਜਿਹੜਾ ਸੌ ਚੁੱਕ ਸਮਾਗਮ ਆ ਫਿਰ ਪੰਜਵੀਂ ਵਾਰ ਬਣਦਾ ਹੈ ਜੇ ਆਪਾਂ ਇਹ ਲਈਏ ਵੀ ਚਲੋ ਸਰਕਾਰ ਨੇ ਤਾਂ ਬਣਨਾ ਹੀ ਸੀ ਤੇ ਉਦੋਂ ਉਸ ਨੂੰ ਕੱਢਦੀ ਹੈ ਤਾਂ ਫੇਰ ਅੱਜ ਚੌਥੀ ਵਾਰ ਪੰਜਾਬ ਦੇ ਵਿੱਚ ਜਿਹੜੇ ਪੰਜ ਕੈਬਨਟ ਮੰਤਰੀ ਅੱਜ ਜਿਹੜੇ ਸੌ ਚੁੱਕੀ ਹੈ ਬਿਲਕੁਲ ਉਹਦੇ ਵਿੱਚ ਹੁਣ ਪੰਜਾਬ ਦੇ ਵਿੱਚ ਪਹਿਲਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਮੇਤ 15 ਮੰਤਰੀ ਸੀ ਜੀ ਇੱਕ ਮੁੱਖ ਮੰਤਰੀ 14 ਟੋਟਲ 15 ਜਿਦੇ ਚੋਂ ਚਾਰ ਮੰਤਰੀਆਂ ਨੇ ਕੱਲ ਜਿਹੜੀ ਆਪਣਾ ਅਸਤੀਫਾ ਦਿੱਤਾ ਹੈ ਜੀ ਤੇ ਪੰਜ ਮੰਤਰੀ ਅੱਜ ਨਵੇਂ ਸ਼ਾਮਲ ਕਰ ਲਏ ਗਏ ਆ ਤੇ ਹੁਣ ਕੁੱਲ 16 ਮੰਤਰੀ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਇਸ ਸਮੇਂ ਪੰਜਾਬ ਦੇ ਕੈਬਨਿਟ ਦੇ ਵਿੱਚ ਹੋ ਗਏ ਨੇ ਸਰਬਾਣਾ ਜੀ ਟੋਟਲ ਦੱਸਿਆ ਜਾਵੇ ਕਿੰਨੇ ਕ ਮੰਤਰੀ ਹੁੰਦੇ ਨੇ ਕੈਬਨਿਟ ਦੀ ਗੱਲ ਕੀਤੀ ਆਵੇ ਟੋਟਲ ਹੁੰਦੇ ਕਿੰਨੇ ਤੇ ਘਟਨੇ ਜਾਂ ਫਿਰ ਵਧਨੇ ਜਾਂ ਹੋਰ ਹੋਣੇ ਚਾਹੀਦੇ ਨੇ ਨਹੀਂ ਦੇਖੋ ਅਜੇ ਵੀ ਇੱਕ ਦੋ ਸੀਟਾਂ ਖਾਲੀ ਪਈਆਂ ਇੱਕ ਕਰ ਗਈ ਇੱਕ ਅੱਧੀ ਖਾਲੀ ਪਈ ਹੈ ਉਹ ਕੀ ਆਪਾਂ ਦੇਖ ਰਹੇ ਹਾਂ ਕਿ ਜਦੋਂ ਵੀ ਆਮ ਆਦੀ ਪਾਰਟੀ ਸਰਕਾਰ 2.5 ਸਾਲ ਦੇ ਵਿੱਚ ਹਰ ਵਾਰ ਦੋ ਖਾਲੀ ਇੱਕ ਭਰਤੀ ਇੱਕ ਖਾਲੀ ਤਿੰਨ ਭਰਤੀਆਂ ਤਿੰਨ ਭਰਤੀ ਮਤਲਬ ਇਹ ਜਿਹੜੀ ਹੈਗੀ ਚੀਜ਼ ਜਿਹੜੀ ਚੱਲਦੀ ਆ ਯਾਨੀ ਕਿ ਅੱਧਾ ਖਾਲੀ ਰੱਖਦੀ ਆ ਸਭ ਬਿਲਕੁਲ ਹਾਂ ਉਹਦੇ ਚ ਕੀ ਹੁੰਦਾ ਤੇ ਉਹਦੇ ਚ ਇੱਕ ਤਾਂ ਇਹ ਚੀਜ਼ ਬਣੀ ਰਹਿੰਦੀ ਆ ਕਿ ਹਰ ਇੱਕ ਐਮਐਲਏ ਨੇ ਹੁੰਦਾ ਵੀ ਇੱਕ ਸੀਟ ਖਾਲੀ ਆਬ ਸ਼ਾਇਦ ਮੇਰੀ ਵਾਰੀ ਆ ਠੀਕ ਹੈ ਲਾਲਚ ਹੁੰਦੀ ਆ ਬਤ ਤੇ ਦੂਜੀ ਗੱਲ ਵੱਡੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਅੱਜ ਮੰਤਰੀ ਮੰਡਲ ਚ ਵਿਸਥਾਰ ਕੀਤਾ ਗਿਆ ਜਿਹੜੇ ਪੰਜ ਮੰਤਰੀ ਬਣਾਏ ਗਏ ਨੇ ਉਹਦੇ ਚ ਪਹਿਲੀ ਗੱਲ ਤਾਂ ਆਪਾਂ ਨਾਮ ਜਿਗਰ ਕਰਕੇ ਨਾਮ ਕਿਹੜੇ-ਕਿਹੜੇ ਆ ਹਾਂ ਬਿਲਕੁਲ ਤੇ ਉਸ ਤੋਂ ਬਾਅਦ ਜਿਨ੍ਹਾਂ ਨੇ ਅਸਤੀਫਾ ਦਿੱਤਾ ਜੇਕਰ ਅਸਤੀਫੇ ਦੀ ਗੱਲ ਕਰੀਏ ਅਸਤੀਫੇ ਦੇ ਵਿੱਚ ਸਭ ਤੋਂ ਪਹਿਲਾਂ ਲਾ ਲਓ ਜ਼ਿਲ੍ਹਾ ਪਟਿਆਲਾ ਦੇ ਹਲਕਾ ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੋੜਾ ਮજરા ਜੀ ਉਹਨਾਂ ਕੋਲ ਇੱਕ ਵੱਡਾ ਮਹਿਕਮਾ ਸੀ ਹਾਂ ਸਭ ਤੋਂ ਪਹਿਲਾਂ ਤਾਂ ਉਹਨਾਂ ਕੋਲ ਸਿਹਤ ਵਿਭਾਗ ਰਿਹਾ ਫਿਰ ਕਿਸੇ ਕਾਰਨ ਕਰਕੇ ਤੁਹਾਡੇ ਯਾਦ ਹੋਣਾ ਹੈ ਕਿ ਇੱਕ ਵਾਰੀ ਫਰੀਦਕੋਟ ਦੇ ਕਸ ਹਸਪਤਾਲ ਦੇ ਵਿੱਚ ਕਿਸੇ ਵੀ ਸੀ ਵਾਲਾ ਮਾਮਲਾ ਹਾਂ ਵੀ ਸੀ ਵਾਲਾ ਮਾਮਲਾ ਹੋਇਆ ਸੀਗਾ ਤੇ ਉਸ ਤੋਂ ਬਾਅਦ ਕਾਫੀ ਚਰਚਾ ਚ ਰਹਿ ਤੇ ਕੁਝ ਦੇਰ ਬਾਅਦ ਉਹਨਾਂ ਨੂੰ ਅਸਤੀਫਾ ਦੇਣਾ ਬੈਡ ਗੰਦੇ ਸੀ ਜਦੋਂ ਉਹ ਮਾਮਲਾ ਸਾਫ ਬਿਲਕੁਲ ਉਹ ਸਿਹਤ ਜਿਹੜਾ ਵਿਭਾਗ ਦਾ ਅਸਤੀਫਾ ਦੇ ਕੇ ਉਹਨਾਂ ਨੂੰ ਮਤਲਬ ਮੰਤਰੀਪਾਤ ਤੋਂ ਅਸਤੀਫਾ ਨਹੀਂ ਲਿਆ ਸਿਹਤ ਸਿਰਫ ਵਿਭਾਗ ਚੇਂਜ ਕੀਤਾ ਸੀ ਤਾਂ ਉਹਨਾਂ ਨੂੰ ਉਹਦੇ ਬਰਾਬਰ ਦਾ ਜੇਕਰ ਗੱਲ ਕਰੀਏ ਉਹਦੇ ਬਰਾਬਰ ਦਾ ਭਾਗ ਜਿਹੜਾ ਪੰਜਾਬ ਦੇ ਵਿੱਚ ਮਾਈਨਿੰਗ ਇੱਕ ਬਹੁਤ ਵੱਡਾ ਵਿਭਾਗ ਹੈ ਉਹ ਉਹਨਾਂ ਨੂੰ ਦਿੱਤਾ ਗਿਆ ਤੇ ਲੋਕ ਸੰਪਰਕ ਵੀ ਉਹਨਾਂ ਦੇ ਕੋਲ ਸੀ ਉਸ ਤੋਂ ਬਾਅਦ ਅੱਗੇ ਆਜੋ ਪੰਜਾਬ ਦੇ ਵਿੱਚ ਜਿਹੜੇ ਚੇਤਨ ਜੀ ਬ੍ਰਹਮ ਸ਼ੰਕਰ ਜਿੰਪਾ ਜੀ ਬਿਲਕੁਲ ਠੀਕ ਹੈ ਉਹ ਉਹਨਾਂ ਕੋਲ ਮਾਲ ਭਾਗ ਸੀ ਇੱਕ ਕਹਿੰਦੇ ਨਾ ਵੀ ਮਲਾਈ ਵਾਲਾ ਭਾਗ ਬਿਲਕੁਲ ਠੀਕ ਹੈ ਉਹ ਵੀ ਉਹਨਾਂ ਦੇ ਕੋਲ ਸੀਗਾ ਉਹਨਾਂ ਨੇ ਅਸਤੀਫਾ ਦਿੱਤਾ ਫਿਰ ਉਸ ਤੋਂ ਬਾਅਦ ਅੱਗੇ ਲਾ ਲਓ ਬਲਕਾਰ ਸਿੰਘ ਸਥਾਨਕ ਸਰਕਾਰਾਂ ਭਾਗ ਸਥਾਨਕ ਸਰਕਾਰਾਂ ਵਿਭਾਗ ਜਿਹੜਾ ਵੀ ਕੋਈ ਛੋਟਾ ਭਾਗ ਇੱਕ ਨਾਮੀ ગ્રામੀ ਵਿਭਾਗ ਹੈਗਾ ਜਿਹੜਾ ਸਥਾਨਕ ਸਰਾਂ ਭਾਗ ਉਸ ਤੋਂ ਬਾਅਦ ਅੱਗੇ ਲਾ ਲਓ ਤੁਸੀਂ ਜਿਹੜਾ ਪੰਜਵਾਂ ਸਹਿਰਸ ਪਟਾ ਮੰਤਰੀ ਅਨਮੋਲ ਗਗਨਮਾਨ ਠੀਕ ਹੈ ਉਹਨਾਂ ਕੋਲ ਸੀਗਾ ਸਹਿਰਸ ਪਟਾ ਮੰਤਰੀ ਇਹਨਾਂ ਨੇ ਅਸਤੀਫਾ ਦਿੱਤਾ ਤੇ ਜਿਹੜੇ ਅੱਜ ਪੰਜ ਨਵੇਂ ਮੰਤਰੀ ਬਣਾਏ ਨੇ ਉਹਨਾਂ ਦੇ ਵਿੱਚ ਦੁਆਬੇ ਤੋਂ ਬਣਾਏ ਗਏ ਨੇ ਜੀ ਦੋ ਮਹਿੰਦਰ ਭਗਤ ਉਹ ਵੀ ਦੁਆਬੇ ਤੋਂ ਨੇ ਤੇ ਇੱਕ ਕਿਉਂਕਿ ਉਹ ਜਲੰਧਰ ਪੱਛਮੀ ਤੋਂ ਆਉਂਦੇ ਨੇ ਤੇ ਉਸ ਤੋਂ ਬਾਅਦ ਸ਼ਾਮ ਚਰਾਸੀ ਤੋਂ ਡਾਕਟਰ ਰਵਜੋਤ ਸਿੰਘ ਇਹ ਦੋਨੇ ਜਿਹੜੀਆਂ ਰਿਜ਼ਰਵ ਸ਼ੀਟਾਂ ਨੇ ਦੁਆਬੇ ਚ ਹੁੰਦੀਆਂ ਤੇ ਦੁਆਬੇ ਦੇ ਵਿੱਚੋਂ ਜਿਹੜੇ ਦੋ ਮੰਤਰੀ ਅੱਜ ਬਣਾਏ ਗਏ ਨੇ ਮਰਵਾਣੀ ਦੁਆਬੇ ਦੀ ਗੱਲ ਕੀਤੀ ਆਵੇ ਇੱਕ ਲੱਖੇ ਦੇ ਵਿੱਚ ਦੋ ਮੰਤਰੀ ਬਣਾਉਣਾ ਕੀ ਲੱਗਦਾ ਕਿ ਨਹੀਂ ਨਹੀਂ ਦੇਖੋ ਇੱਕ ਇਲਾਕਾ ਬਹੁਤ ਵੱਡਾ ਹੁੰਦਾ ਆਪਾਂ ਜਿਵੇਂ ਕਰ ਰਹੀਏ ਮਾਝਾ ਮਾਲਵਾ ਦੁਆਬਾ ਪੰਜਾਬ ਦੇ ਤਿੰਨ ਇੱਕ ਜਿਹੜੇ ਵੱਡੇ ਇਲਾਕੇ ਨੇ ਤੇ ਉਸ ਤੋਂ ਅੱਗੇ ਆਪਾਂ ਗੱਲ ਕਰਾਂਗੇ ਕਿ ਇੱਕ ਜ਼ਿਲ੍ਹੇ ਚੋਂ ਦੋ ਮੰਤਰੀ ਬਣਾਏ ਗਏ ਉਸ ਤੋਂ ਬਾਅਦ ਦੋ ਇਹ ਹੋਗੇ ਤੇ ਤਿੰਨ ਮੰਤਰੀ ਜਿਹੜੇ ਬਣਾਏ ਨੇ ਉਹ ਮਾਲਵਾ ਚੋਂ ਦੇ ਆ ਜਿਹੜੇ ਅੱਜ ਜਿਨ੍ਹਾਂ ਨੂੰ ਸੌ ਚੱਕੀ ਗਈ ਆ ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਜਿਵੇਂ ਗੱਲ ਕਰ ਰਹੇ ਸਾਨੇਵਾਲ ਹੂੰ ਲੁਧਿਆਣਾ ਦੇ ਕੋਲ ਲੁਧਿਆਣੇ ਦੇ ਕੋਲ ਪੈਂਦਾ ਉਹਨੂੰ ਜ਼ਿਲ੍ਹਾ ਲੁਧਿਆਣਾ ਪੈਂਦਾ ਸਾਹਨੇ ਆਲ ਤੋਂ ਐਮਐਲਏ ਨੇ ਹਰਦੀਪ ਸਿੰਘ ਮੁੰਡੀਆਂ ਉਹਨਾਂ ਨੂੰ ਜਿਹੜਾ ਮੰਤਰੀ ਸੌਂ ਚੁੱਕੀ ਗਈ ਹੈ ਇਸ ਤੋਂ ਬਾਅਦ ਖੰਨਾ ਤੋਂ ਤਰਮ ਤਰਨਪ੍ਰੀਤ ਸਿੰਘ ਸੌਂਤ ਇਹ ਦੋਨੋਂ ਜਿਹੜੇ ਇਲਾਕੇ ਨੇ ਇਹ ਲੁਧਿਆਣੇ ਚੋਂਦੇ ਨੇ ਤੇ ਉਸ ਤੋਂ ਬਾਅਦ ਅਗਲਾ ਜਿਹੜਾ ਨਾਮ ਹੈ ਉਹ ਆਉਂਦਾ ਹੈ ਲਹਿਰਾ ਤੋਂ ਬਰਿੰਦਰ ਕੁਮਾਰ ਗੋਇਲ ਨੇ ਤੇ ਜਲੰਧਰ ਪੱਛਮੀ ਤੋਂ ਪਹਿਲਾਂ ਗੱਲਬਾਤ ਕਰ ਚੁੱਕਿਆ ਕਿ ਮਹਿੰਦਰ ਭਗਤ ਹੁਣ ਦੋ ਦੁਆਬ ਮਾਲ ਦੁਆਬੇ ਤੋਂ ਤੇ ਤਿੰਨ ਮਾਲਵੇ ਤੋਂ ਤੇ ਇਹ ਜਿਹੜੇ ਮਾਲਵੇ ਵਾਲੇ ਤਿੰਨ ਮੰਤਰੀ ਆ ਉਹਦੇ ਚੋਂ ਦੋ ਮੰਤਰੀ ਜਿਹੜੇ ਸਿਰਫ ਇੱਕੋ ਜ਼ਿਲ੍ਹੇ ਚ ਲੁਧਿਆਣਾ ਚ ਪੈਂਦੇ ਨੇ ਪਹਿਲਾਂ ਦੋ ਮੰਤਰੀ ਪਟਿਆਲਾ ਜ਼ਿਲ੍ਹੇ ਤੋਂ ਸੀ ਹੁਣ ਇੱਕ ਰਹਿ ਗਈ ਠੀਕ ਹੈ ਇੱਕ ਅਸਤੀਵਾ ਦੇ ਤਾਂ ਚੇਤਨ ਸਿੰਘ ਜੋੜਾ ਮੱਜ ਰਹੇ ਹੁਣ ਪਟਿਆਲੇ ਸਿਰਫ ਡਾਕਟਰ ਬਲਵੀਰ ਸੀ ਇੱਕ ਜ਼ਿਲ੍ਹੇ ਤੋਂ ਰਹਿ ਗਏ ਆ ਤੇ ਪਹਿਲਾਂ ਲੁਧਿਆਣੇ ਜ਼ਿਲ੍ਹੇ ਤੋਂ ਕੋਈ ਵੀ ਮੰਤਰੀ ਨਹੀਂ ਸੀ ਤੇ ਸਿਰਫ ਤਾਂ ਸਿਰਫ ਬਾਬਾ ਕੀ ਹੋਰ ਜ਼ਿਲ੍ਹਿਆਂ ਵਿੱਚ ਕਈ ਹੈਗੇ ਨੇ ਜਿਹੜੇ ਜ਼ਿਲ੍ਹਿਆਂ 'ਚ ਮੰਤਰੀ ਨਹੀਂ ਹੈਗੇ ਪਰ ਇਸ ਵਾਰ ਦੇਖਣ ਨੂੰ ਮਿਲਿਆ ਕਿ ਪਹਿਲੀ ਵਾਰ ਲੁਧਿਆਣੇ 'ਚ ਮੰਤਰੀਸ਼ਪ ਦਿੱਤੀ ਹੈ ਤੇ ਉਹ ਵੀ ਦੋ ਮੰਤਰੀ ਜਿਹੜੇ ਲੁਧਿਆਣੇ 'ਚ ਦਿੱਤੇ ਗਏ ਨੇ। ਦਲਿਤ ਚਿਹਰੇ ਦੋ ਇਹ ਸੁਮੰਤਰੀ ਮੰਡਲ 'ਚ ਜਿਹੜਾ ਹੈਗਾ ਖਾਸ ਕਰਕੇ ਖਿਆਲ ਰੱਖਿਆ ਗਿਆ ਹੈ। ਮਤਲਬ ਹਰ ਵਰਗ ਦਾ ਪੰਜੇ ਲਈ ਹਰ ਵਰਗ ਦਾ ਧਿਆਨ ਰੱਖਿਆ ਦੇਖੋ ਅਮਰਜੀਤ ਪਾਰਟੀਆਂ ਕੋਈ ਵੀ ਆ ਹਮ ਕਾਲੀ ਦਲ ਕਾਂਗਰਸ ਭਾਜਪਾ ਆਮ ਆਦਮੀ ਪਾਰਟੀ ਜਾਂ ਜਿਹੜੀਆਂ ਹੋਰ ਸੇਟਾਂ 'ਚ ਪਾਰਟੀਆਂ ਨੇ ਉਹ ਹਰ ਵਰਗ ਨੂੰ ਦੇਖ ਕੇ ਚਲਦੀਆਂ ਨੇ ਜਿੰਨਾ ਮਰਜ਼ੀ ਪਾਰਟੀਆਂ ਗੱਲ ਕਹਿਣ ਕਿ ਜਾਤ ਪਾਤ ਦਾ ਕੋਈ ਰੋਲ ਨਹੀਂਗਾ ਸਾਰੇ ਬਰਾਬਰ ਆ ਪਰ ਨਹੀਂ ਫਿਰ ਵੀ ਜਾਤੀ ਆਧਾਰਿਤ ਜਿਹੜੇ ਸਮੀਕਰਨ ਨੇ ਉਹ ਕਿਤੇ ਨਾ ਕਿਤੇ ਦਿਖਣੇ ਪੈਂਦੇ ਨੇ ਹਰ ਚੀਜ਼ ਨਾਪ ਤੋਲ ਕਰਕੇ ਜਿਹੜੀ ਹੈਗੀ ਕਰਨੀ ਪੈਂਦੀ ਆ ਆਮ ਆਦਮੀ ਪਾਰਟੀ ਨੇ ਵੀ ਇਸ ਵਾਰ ਜਿਹੜੇ ਪੰਜ ਮੰਤਰੀਆਂ ਨੂੰ ਸੋਚਕਾਈ ਹੈ ਉਹਨਾਂ ਨੂੰ ਪੂਰਾ ਨਾਪ ਤੋਲ ਕੇ ਜਿਹੜਾ ਹੈਗਾ ਵੀ ਹਰ ਵਰਗ ਦੇ ਜਿਹੜੇ ਸੈਮਿਕਰ ਪੂਰੀ ਕੋਗ ਪਟਾਲ ਕਰਕੇ ਜਿਹੜੀ ਮੰਤਰੀਸ਼hip ਦਿੱਤੀ ਹੈ। ਗਰਬਾੜੀ ਲੋਕ ਇਹ ਵੀ ਸੋਚ ਰਹੇ ਹੋਣਗੇ ਜਿਨ੍ਹਾਂ ਨੇ ਪੰਜ ਨੇ ਇਸਤੀਫਾ ਦਿੱਤਾ ਮੰਤਰੀ ਸਬਾਨਾ ਨੇ ਕਿ ਉਹਾਂ ਦੀ ਕਾਰਗੁਜ਼ਾਰੀ ਸਹੀ ਨਹੀਂ ਸੀ। ਚਾਰ ਮੰਤਰੀ ਇਸਤੀਫਾ। ਆ ਚਾਰ ਦੀ ਗੱਲ ਕੀਤੀ ਆਵੇ ਤਾਂ ਕਿ ਉਹਨਾਂ ਦੀ ਕਾਰਗੁਜ਼ਾਰੀ ਸਹੀ ਨਹੀਂ ਸੀ। ਕੀ ਹੋਰ ਆਦੇ ਸ਼ਿਕਾਇਤਾਰੀਆਂ ਸੀ ਕੀ ਰਿਸ਼ਵਤ ਲੈ ਰਹੇ ਸੀ ਕੀ ਇਦਾਂ ਦਾ ਕਾਰਨ ਸੀ ਵੀ ਉਹਨਾਂ ਨੇ ਅਸਤੀਫਾ ਦਵਾਇਆ ਹੈਗਾ ਜਾਂ ਦਿੱਤਾ ਗਿਆ ਕਾਰਨ ਕੀ ਹੈ ਕਿਉਂਕਿ ਲੋਕ ਨਾ ਇਸ ਨੂੰ ਬੜਾ ਜਾਣਨ ਦੀ ਕੋਸ਼ਿਸ਼ ਕਰ ਰਹੇ ਨੇ ਵੀ ਇਹ ਦੱਸੋ ਵੀ ਅਸਤੀਫਾ ਦਵਾਇਆ ਕਿਉਂ ਹੈ ਦੇਖੋ ਗੱਲ ਇਹ ਹੈ ਅਮਰਜੀਤ ਵੀ ਜਿਹੜੇ ਅੰਦਰੂਨੀ ਕਾਰਨ ਨੇ ਪਾਰਟੀਆਂ ਦੇ ਹੂੰ ਉਹ ਕੀ ਹੈ ਕਿ ਉਹ ਇੱਕ ਰਾਜਨੀਤਿਕ ਤੌਰ ਤੇ ਹੁੰਦਾ ਵੀ ਕਿਹੜੇ ਮੰਨ ਲਓ ਮੰਤਰੀ ਨੂੰ ਹਟਾਉਣਾ ਕਿਹਨੂੰ ਲਾਉਣਾ ਇੱਕ ਰਾਜਨੀਤਿਕ ਪਾਰਟੀਆਂ ਦੀ ਜਿਹੜੀ ਹੁੰਦੀ ਹੈ ਕਿ ਇੱਕ ਅੰਦਰੂਨੀ ਜਿਹੜੀ ਕਾਰਗੁਜ਼ਾਰੀ ਹੁੰਦੀ ਹੈ ਉਸ ਤੋਂ ਬਾਅਦ ਜਿਹੜੀ ਤੁਸੀਂ ਕਹਿੰਦੇ ਹੋ ਵੀ ਕਿਸੇ ਜਿਹੜਾ ਐਮ ਜਿਹਨਾਂ ਨੂੰ ਹਟਾਇਆ ਮੰਤਰੀਆਂ ਨੂੰ ਸ਼ਿਕਾਇਤ ਹੈ ਸਿਰਫ ਇੱਕੋ ਮੰਤਰੀ ਦੇ ਜਿਹੜੀ ਕਾਫੀ ਦਿਨ ਚਰਚਾ ਚ ਰਹੇ ਨੇ ਬਲਕਾਰ ਸਿੰਘ ਉਹ ਇੱਕ ਕਿਸੇ ਵੀਡੀਓ ਨੂੰ ਲੈ ਕੇ ਚਰਚਾ ਚ ਰਹੇ ਨੇ ਪਰ ਜਿਹੜੇ ਦੂਜੇ ਮੰਤਰੀ ਹੈ ਉਹਨਾਂ ਦੀ ਕੋਈ ਵੀ ਅਜਿਹੀ ਸ਼ਿਕਾਇਤ ਅਜੇ ਤੱਕ ਨਹੀਂ ਦੇਖਣ ਨੂੰ ਮਿਲੀ ਪਰ ਹਾਂ ਇਹ ਗੱਲ ਜ਼ਰੂਰ ਆ ਵੀ ਹਟਾਇਆ ਕਿਉਂਗਾ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਸਿਰਫ ਪੰਜਾਬ ਚ ਪਹਿਲਾਂ ਦਿੱਲੀ ਚ ਵੀ ਹੋਇਆ ਪੰਜਾਬ ਦੇ ਵਿੱਚ ਵੀ ਇਸ ਵਾਰ ਜੇ ਆਪਾਂ ਜਿਵੇਂ ਪਹਿਲਾਂ ਕਿਹਾ ਕਿ ਸ਼ੁਰੂ ਵਾਲੇ ਲਈਏ ਤਾਂ ਪੰਜਵਾਂ ਦੇ ਆ ਨਹੀਂ ਚੌਥੀ ਵਾਰ ਜਿਹੜੀ ਰਿਸ਼ਫਲਿੰਗ ਹੋਈ ਹੈ ਜੇ ਆਪਾਂ ਡੇਟ ਵੀ ਉਹਦੇ ਵਿੱਚ ਆਪਾਂ ਦੱਸ ਦਿੰਨੇ ਸਭ ਤੋਂ ਪਹਿਲੇ ਜਿਹੜੇ ਜਦੋਂ ਸਰਕਾਰ ਬਣੀ ਮੁੱਖ ਮੰਤਰੀ ਭਗਵੰਤ ਮਾਨ ਨੇ ਸੌਂ ਚੱਕੀ ਤੇ ਨਾਲ ਕੈਬਨਿਟ ਜਿਹੜੀ ਬਣੀ ਮਾਰਚ 2022 ਚ ਉਹ ਪਹਿਲੀ ਵਾਰ ਸੀ ਜਦੋਂ ਕੈਬਨਟ ਬਣੀ ਸੀਗੀ ਜੀ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੀ ਉਸ ਤੋਂ ਬਾਅਦ 4 ਜੁਲਾਈ 2022 ਨੂੰ ਅਮਨ अरोड़ा ਹੂੰ ਇੰਦਰਵੀਰ ਸਿੰਘ ਇਹ ਇੰਦਰਵੀਰ ਸਿੰਘ ਨਿੱਜਰ ਜਿਹਦੇ ਪਹਿਲਾਂ ਜਿੰਨਾਂ ਕੋਲ ਆਪਣਾ ਲੋਕ ਹਬਾਡੀ ਪਾਲਦੇ ਸੀਗਾ ਹਾਂ ਉਸ ਤੋਂ ਬਾਅਦ ਫੌਜਾ ਸਿੰਘ ਸਰਾਰੀ ਚੇਤਨ ਸਿੰਘ ਜੋੜਾ ਮજરા ਤੇ ਅਨਮੋਲ ਗਗਨਮਾਨ ਤੇ ਇੱਕ ਹੋਰ ਜਿਹੜੀ ਮੰਤਰੀ ਉਹਨੇ ਸੋਚੀ ਸੀ ਇਹ ਸੀਗਾ 4 ਜੁਲਾਈ 2022 ਉਸ ਤੋਂ ਬਾਅਦ ਫਿਰ ਅਗਲੀ ਵਾਰ ਜਿਹੜੀ ਜਿਹੜੀ ਮੰਤਰੀ ਮੰਡਲ ਦੇ ਵਿੱਚ ਵਿਸਥਾਰ ਹੋਇਆ ਉਸ ਤੋਂ ਬਾਅਦ 7 ਜਨਵਰੀ 2023 ਉਸ ਤੋਂ ਬਾਅਦ ਕੁਝ ਦਿਨ ਬਾਅਦ ਫਿਰ ਜਿਹੜੀ ਰੀਸ਼ਫਲਿੰਗ ਹੋਈ ਉਸ ਤੋਂ ਬਾਅਦ ਕੈਨ ਫੌਜਾ ਸਿੰਘ ਸਰਾਰੀ ਦਾ ਅਸਤੀਫਾ ਦਿੱਤਾ ਕਿਉਂਕਿ ਉਹ ਕਿਸੇ ਮਾਮਲੇ 'ਚ ਘਿਰ ਗਏ ਸੀ ਕਾਫੀ ਉਹ ਚਰਚਾ ਚ ਰਹੇ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਉਸ ਤੋਂ ਬਾਅਦ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਬਣੇ ਤੇ ਚੇਤਨ ਸਿੰਘ ਜੋੜਾ ਮਾਜਰਾ ਤੋਂ ਸਿਹਤ ਮੰਤਰੀ ਵਾਪਿਸ ਲੈ ਕੇ ਉਹਨਾਂ ਨੂੰ ਜਿਹੜਾ ਹੈਗਾ ਹੋਰ ਦੇਰ ਆਪ ਪਾਕ ਦੇ ਦਿੱਤਾ ਗਿਆ ਜਿਹਦੇ ਵਿੱਚ ਆਪਾਂ ਲਾ ਲਓ ਮਾਈਨਿੰਗ ਦਾ ਹੈਗਾ ਜਾਂ ਲੋਕ ਸੰਪਰਕ ਪਾਕ ਨੂੰ ਦਿੱਤਾ ਗਿਆ ਤੇ ਕਈ ਮੰਤਰੀ ਨੇ ਹੋਰ ਜਿਹੜੇ ਵਿਭਾਗ ਸੀ ਉਹ ਬਦਲ ਦਿੱਤੇ ਗਏ ਸੀ ਉਸ ਤੋਂ ਬਾਅਦ ਅਗਲੀ ਦੀ ਸ਼ਫਲਿੰਗ ਜਿਹੜੀ ਤੀਜੀ ਰੀਸ਼ਫਲਿੰਗ ਹੋਈ ਆ ਉਹ ਹੋਈ 31 ਮਈ 2023 ਨੂੰ ਉਹਦੇ ਵਿੱਚ ਕੀ ਆ ਡਾਕਟਰ 인ਦਰ ਵੀਰ ਸਿੰਘ ਨਿਜਰ ਉਹਨਾਂ ਨੂੰ ਮੰਤਰੀ ਮੰਡਲ ਤੋਂ ਹਟਾਇਆ ਗਿਆ ਤੇ ਬਲਕਾਰ ਸਿੰਘ ਤੇ ਗੁਰਮੀਤ ਸਿੰਘ ਖੁੱਡੀਆਂ ਨੂੰ ਕੈਬਨਟ ਮੰਤਰੀ ਵਜੋਂ ਸ਼ਾਮਲ ਕੀਤਾ ਗਿਆ ਉਸ ਤੋਂ ਬਾਅਦ ਚੌਥੀ ਰੀਸ਼ਫਲਿੰਗ ਜਿਹੜੀ ਅੱਜ ਹੋਈ ਆ ਤੇ ਹਾਂ ਅਜੇ ਇੱਕ ਹੋਰ ਹੈ ਕਿ ਜਿਹੜੇ ਵਿਭਾਗਾਂ ਦੀ ਜਿਹੜੀ ਤਵਾਦਲੇ ਸੁਭਾਵਿਕ ਹੁੰਦੇ ਨੇ ਮਰਜ਼ੀ ਦੇ ਵਿੱਚ ਜਦੋਂ ਵੀ ਰਸ਼ਫਲਿੰਗ ਹੁੰਦੀ ਹੈ ਕੁਝ ਮੰਤਰੀ ਜਿਹੜੇ ਆਪਾਂ ਜਾਂਦੇ ਆ ਉਹਨਾਂ ਦੇ ਵਿਭਾਗ ਦੇਖਣੇ ਪੈਂਦੇ ਨੇ ਕਿ ਕਿਹਨੂੰ ਦੇਣੇ ਨੇ ਨਵੇਂ ਆ ਪੁਰਾਣੇ ਆ ਜਾਂ ਕੀ ਆ ਇੱਕ ਸਵੇਰ ਤੋਂ ਇੱਕ ਹੋਰ ਕੱਲ ਤੋਂ ਜਿਹੜੀ ਇੱਕ ਚਰਚਾ ਇਹ ਚੱਲ ਰਹੀ ਹੈ ਕਿ ਮੁੰਡੇ ਨਵੇਂ ਨੇ ਜਿਨ੍ਹਾਂ ਨੂੰ ਤੁਸੀਂ ਮੰਤਰੀ ਬਣਾਇਆ ਜਾਣਦਾ ਕੋਣ ਆ ਚਿਹਰੇ ਨਵੇਂ ਨੇ ਚਿਹਰੇ ਨਵੇਂ ਨੇ ਉਹ ਕੰਮ ਕਿਵੇਂ ਕਰਨਗੇ ਇਦਾਂ ਦਾ ਕੁਝ ਨਹੀਂ ਹੁੰਦਾ ਕੋਈ ਵੀ ਵਿਅਕਤੀ ਜਿਹੜਾ ਸ਼ੁਰੂ ਤੋਂ ਸਿੱਖਿਆਕ ਨਹੀਂ ਹੁੰਦਾ ਸ਼ੁਰੂ ਤੋਂ ਸਿੱਖੇ ਨਹੀਂ ਹੁੰਦਾ ਜਿਵੇਂ ਜਿਵੇਂ ਜਿਹੜੇ ਕਿਸ ਕੰਮ ਚੋਂ ਨਿਕਲਦਾ ਰਹਿੰਦਾ ਓਵੇਂ ਮੈਂ ਉਹ ਸਿੱਖਿਆਕ ਹੁੰਦਾ ਰਹਿੰਦਾ ਤੇ ਸਿੱਖਦਾ ਜਾਂਦਾ ਤੇ ਇਸ ਕਰਕੇ ਹੁਣ ਕਹਿੰਦੇ ਨੇ ਵੀ ਜਿਹੜੇ ਮੰਤਰੀ ਡਾਕਟਰ ਰਵਜੋਤ ਸਿੰਘ ਹੈ ਉਹ ਕਹਿੰਦੇ ਵੀ ਉਹਨਾਂ ਨੂੰ ਕੀ ਪਤਾ ਲੱਗਿਆ ਮੰਤਰੀਸ਼ਪ ਕਿਵੇਂ ਚਲਾਣੀ ਆ ਸੌਂਦ ਨੇ ਉਹਨਾਂ ਨੂੰ ਕੀ ਪਤਾ ਕਿਵੇਂ ਚਲਾਣੀ ਆ ਇਹ ਇਦਾਂ ਦਾ ਨਹੀਂ ਹੁੰਦਾ ਜਿਵੇਂ ਜਿਵੇਂ ਹੁਣ ਉਹਨਾਂ ਨੇ ਹੁਣ ਐਮਐਲਏ ਰਹੇ 2.5 ਸਾਲ ਹੁਣ ਐਮਐਲਏ ਹਾਂ ਲੋਕਾਂ ਦੇ ਵਿੱਚ ਚਰ ਰਹੇ ਨੇ ਲੋਕਾਂ ਦੇ ਵਿੱਚ ਵਿਚਰਦੇ ਆ ਉਸ ਤੋਂ ਬਾਅਦ ਮੰਤਰੀਆਂ ਦੇ ਨਾਲ ਬਰਾਬਰ ਦੇਖੋ ਇੱਕ ਗੱਲ ਜ਼ਰੂਰ ਹੈ ਕਿ ਆਮ ਆਦਮੀ ਪਾਰਟੀ ਨੇ ਉਹਨਾਂ ਚਿਹਰਿਆਂ ਨੂੰ ਮੌਕਾ ਦਿੱਤਾ ਜਿਨ੍ਹਾਂ ਨੇ ਕਦੇ ਸੁਪਨਾ ਵੀ ਨਹੀਂ ਲਿਆ ਸੀ ਕਿ ਸਾਨੂੰ ਛੰਡੀ ਵਾਲੀ ਕਾਰਗਰ ਬਣਨੀ ਆ ਔਰ ਮੇਰੇ ਯਾਦ ਆ ਕਿ ਜਦੋਂ ਹੁਣ ਕੁਝ ਦਿਨ ਪਹਿਲਾਂ ਪੰਜਾਬ ਸੈਕਟਰੀ 8 ਦੇ ਵਿੱਚ ਜਿਹੜੇ ਇਹ ਕੁਝ ਐਮਐਲਏ ਨਾਲ ਚ ਆਪਾਂ ਨਾਮ ਨਹੀਂ ਲਵਾਂਗੇ ਜਿਹੜੇ ਪੰਜ ਅੱਜ ਐਮਐਲਏ ਮੰਤਰੀ ਬਣੇ ਨੇ ਇੱਕ ਦੋ ਐਮਐਲਏ ਚ ਇਹ ਜੇ ਸੀਗੇ ਜਿਹੜੇ ਮੰਤਰੀਆਂ ਤੋਂ ਟਾਈਮ ਲੈ ਰਹੇ ਸੀ ਵੀ ਮੰਤਰੀ ਸਾਹਿਬ ਤੁਹਾਨੂੰ ਮਿਲਣਾ ਹੈ ਕਦੋਂ ਮਿਲਣਾ ਆਈਏ ਕਦੋਂ ਮਿਲਣਾ ਮੇਰੇ ਕੋ ਕੰਮ ਨਹੀਂ ਆਪਾਂ ਉਹ ਕਹਿੰਦੇ ਕੋਈ ਗੱਲ ਨਹੀਂ ਆਪਾਂ ਸਮਾਂ ਦੇ ਕੇ ਫੋਨ ਤੇ ਗੱਲ ਕਰਦੇ ਆ ਤੇ ਅੱਜ ਉਹੀ ਮੰਤਰੀ ਜਿਸ ਮੰਤਰੀ ਤੋਂ ਸਮਾਂ ਮੰਗ ਰਹੇ ਸੀ ਉਹ ਮੰਤਰੀ ਨਹੀਂ ਰਹੇ ਉਹ ਮੰਤਰੀ ਨਹੀਂ ਰਹੇ ਉਹ ਸਮਾਂ ਲੈਣਗੇ ਹੁਣ ਠੀਕ ਹੈ ਸਮਾਂ ਲੈ ਤੇ ਜਿਹੜੇ ਸਮਾਂ ਮੰਗਦੇ ਸੀ ਅੱਜ ਉਹ ਮੰਤਰੀ ਝੰਡੀ ਵਾਲੀ ਕਾਰ ਬਣ ਗਈ ਇਹ ਸਮੇ ਸਮੇ ਦੀ ਗੱਲ ਹੈ ਕੁਝ ਨਹੀਂ ਪਤਾ ਕਿ ਕਿਹਦੀ ਕਿਸਮਤ ਚ ਕੀ ਲਿਖਿਆ ਹੋਵੇ ਇਹ ਸਮੇ ਸਮੇ ਦੇ ਪੈਨ ਕਰ ਠੀਕ ਕਰ ਬਣਾ ਬਹੁਤ ਧੰਨਵਾਦ ਸਭ ਬਿਲਕੁਲ ਅੱਜ ਅਸੀਂ ਤੁਹਾਨੂੰ ਨਵੀਂ ਜਿਹੜੀ ਕੈਬਨਟ ਦਾ ਵਿਸਥਾਰ ਹੋਇਆ ਨਵੇਂ ਜਿਹੜੇ ਮੰਤਰੀ ਲਗਾਏ ਗਏ ਨੇ ਉਹਨਾਂ ਦੀ ਜਿਹੜੀ ਡਿਟੇਲ ਆ ਉਹ ਸਾਂਝੀ ਕੀਤੀ ਹੈ ਪਿਛਲੇ ਸਮੇਂ ਦੇ ਦੌਰਾਨ ਕੀ ਗੱਲ ਕੀਤੀ ਜਾਵੇ ਤਾਂ ਕਿਹੜੇ ਕਿਹੜੇ ਸਮੇਂ ਦੇ ਦੌਰਾਨ ਜਿਹੜੇ ਮੰਤਰੀ ਚੇਂਜ ਹੋਏ ਨੇ ਜਾਨਕੀ ਜਿਨ੍ਹਾਂ ਨੇ ਸਤੀਫਾ ਦਿੱਤੇ ਉਸ ਤੋਂ ਬਾਅਦ ਨਵੇਂ ਮੰਤਰੀ ਬਣੇ ਉਹਨਾਂ ਦੀ ਵੀ ਜਿਹੜੀ ਜਾਣਕਾਰੀ ਹੈ ਉਹ ਤੁਹਾਨੂੰ ਅਸੀਂ ਸਾਂਝੀ ਕੀਤੀ ਹੈ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਮੁੱਦੇ ਨੂੰ ਲੈ ਕੇ ਗੱਲਬਾਤ ਕਰਾਂਗੇ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਇਜਾਜ਼ਤ ਧੰਨਵਾਦ